सतगुरु सेविए अपना, बोलो सतगुरु सेविए अपना, सतगुरु सेविए अपना, सतगुरु सेविए फिर आखो सतगुरु सेविए, सारी संगत पिछे बैठे हुई सतगुरु सेविए, पाइए नाम अपार भौजल डुबद्या कट ले हर दात करे दतार, धन धन से शाह है जे नाम करे व्यापार, बन जारे सिख आमदे शब्द लंघा मनहार, जन नानक जिन को कृपा भई तिन सेविया सिरजनहार। पगां वाले ओ घर है गुरमुखो, जे कर्मा च दात नहीं भी लिखी सतगुरु बख्शिश करके वह भी दात नाल झोलियां भर दिंदे ने, ਉਹ ਐਡਾ ਵੱਡਾ ਦਰ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਪਿਤਾ ਬਹੁਤ ਦਿਆਲੂ ਨੇ, ਬਹੁਤ ਦਿਆਲੂ, ਐਡੇ ਦਿਆਲੂ ਭਾਗਾਂ ਵਾਲਿਓ, ਜੇ ਮਾਈ ਦੇਸਾ ਆਉਂਦੀ ਹੈ ਜਿਹਨੂੰ ਅਸੀਂ ਬੀਬੀ ਸੁਲੱਖਣੀ ਆਖਦੇ ਹਾਂ, ਆ ਕੇ ਬੇਨਤੀ ਕਰਦੀ ਹੈ ਸਤਿਗੁਰੂ ਕਿਰਪਾ ਕਰੋ, ਕਾਫੀ ਸਮਾਂ ਵਿਆਹ ਨੂੰ ਹੋਇਆ, ਘਰ 'ਚ ਬੂਟਾ ਨਹੀਂ ਲੱਗਾ, ਬੂਟਾ ਲੱਗ ਜਾਵੇ। ਸਤਿਗੁਰੂ ਆਖਣਗੇ ਬੀਬਾ ਤੇਰੇ ਕਰਮਾਂ 'ਚ ਪੁੱਤਰ ਹੈ ਹੀ ਨਹੀਂ। ਰੋਂਦੀ ਹੋਈ ਵਾਪਸ ਆਉਂਦੀ ਹੈ, ਰਸਤੇ 'ਚ ਭਾਈ ਗੁਰਦਾਸ ਜੀ ਨਾਲ ਮਿਲਾਪ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਬੀਬਾ ਕੀ ਗੱਲ, ਇਹ ਤਾਂ ਗੁਰੂ ਨਾਨਕ ਦਾ ਉਹ ਘਰ ਹੈ ਜਿੱਥੇ ਲੋਕ ਰੋਂਦੇ ਜਾਂਦੇ ਨੇ ਅਤੇ ਹੱਸਦੇ ਆਉਂਦੇ ਨੇ, ਤੂੰ ਰੋਂਦੀ ਕਿਉਂ ਆ ਰਹੀ ਆ? ਵੀ ਅੱਗੇ ਕਈਆਂ ਦਿਲਾਸਾ ਦਿੱਤਾ ਮੈਨੂੰ ਪੁੱਤਰ ਹੋ ਜਾਵੇਗਾ, ਪਰ ਤੇਰੇ ਗੁਰੂ ਨੇ ਕੋਰੀ ਨਾ ਕਰ ਦਿੱਤੀ ਮੈਨੂੰ, ਸਿੱਧਾ ਹੀ ਮੁੱਖ ਤੇ ਇਹ ਗੱਲ ਕਹਿਤੀ, ਬੀਬਾ ਤੇਰੇ ਕਰਮਾਂ 'ਚ ਪੁੱਤਰ ਹੈ ਹੀ ਨਹੀਂ, ਤੂੰ ਰੋਵਾਂ ਨਾ ਤਾਂ ਹੋਰ ਕੀ ਕਰਾਂ। ਭਾਈ ਗੁਰਦਾਸ ਜੀ ਆਖਣ ਲੱਗੇ ਉਹ ਬੀਬੀ ਇਹ ਗੁਰੂ ਨਾਨਕ ਦਾ ਘਰ ਹੈ, ਬੜਾ ਵੱਡਾ ਘਰ ਹੈ, ਬੜਾ ਵੱਡਾ ਘਰ ਹੈ, ਇਸ ਘਰ ਵਿੱਚ ਸਭ ਕੁਝ ਹੈ, ਕਿਸੇ ਘਰ ਬਹੁਤ ਕੁਝ ਹੋ ਸਕਦਾ, ਸਭ ਕੁਝ ਨਹੀਂ, ਜੇ ਸਭ ਕੁਝ ਹੈ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਹੈ। ਪੜ੍ਹਦੇ ਹੋ ਨਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ। ਉਹ ਬੀਬੀ ਇਹ ਤਾਂ ਉਹ ਘਰ ਹੈ ਜਿੱਥੋਂ ਜੋ ਮੰਗੀਏ ਉਹਦੇ ਨਾਲ ਝੋਲੀ ਪੜਦੀ ਹੈ, ਸ਼ਰਧਾ ਹੋਵੇ ਸਹੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮੈਂ ਕੀ ਕਰਾਂ ਫਿਰ? ਉਹ ਬੀਬੀ ਸ਼ਰਧਾ ਨਾਲ ਜਾ ਸਤਿਗੁਰ ਦੇ ਚਰਨਾਂ ਤੇ ਬੇਨਤੀ ਕਰ, ਹੇ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉੱਥੇ ਵੀ ਲਿਖਣ ਵਾਲੇ ਤੁਸੀਂ, ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਮੇਰੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਹੁਣ ਲਿਖਦੇ ਹੋ? ਹੁਣ ਵੇਖੋ ਗੁਰਮੁਖ ਜਨ ਰੱਬ ਦੇ ਪਿਆਰੇ ਭਾਈ ਗੁਰਦਾਸ ਜੀ ਨੇ ਸੋਝੀ ਦੇ ਦਿੱਤੀ, ਇੱਕ ਗੁਰਮੁਖ ਦੀ ਸੰਗਤ ਹੋ ਗਈ, ਰੱਬ ਦੇ ਪਿਆਰੇ ਦੀ ਸੰਗਤ ਹੋ ਗਈ। ਅਗਲੇ ਦਿਨ ਉਹ ਬੀਬੀ ਸੁਲੱਖਣੀ ਫਿਰ ਜਾਂਦੀ ਹੈ, ਜਾ ਕੇ ਦੋਵੇਂ ਹੱਥ ਜੋੜਦੀ ਹੈ, ਸਤਿਗੁਰੂ ਕਿਰਪਾ ਕਰੋ ਘਰ 'ਚ ਬੂਟਾ ਲੱਗ ਜਾਵੇ। ਸਤਿਗੁਰੂ ਕਹਿੰਦੇ ਬੀਬੀ ਤੈਨੂੰ ਕੱਲ੍ਹ ਵੀ ਆਖਿਆ ਸੀ ਤੇਰੇ ਕਰਮਾਂ 'ਚ ਪੁੱਤਰ ਹੈ ਹੀ ਨਹੀਂ, ਹੱਥ ਜੋੜਨੇ। ਪਤਾ ਕੀ ਕਹਿੰਦੀ? ਕਹਿੰਦੀ ਸੋਹਣੀਏ ਦਾੜੀਏ ਚਿੱਟੀਏ ਦਸਤਾਰੇ, ਕਰਦੀ ਅਰਜੋਈ ਗੁਰੂ ਹਰਗੋਬਿੰਦ ਅੱਗੇ। ਹੇ ਪਾਤਸ਼ਾਹ ਸੋਹਣੀਏ ਦਾੜੀਏ ਚਿੱਟੀਏ ਪੱਗੇ, ਕਰਦੀ ਅਰਜੋਈ ਗੁਰੂ ਹਰਗੋਬਿੰਦ ਅੱਗੇ, ਸਤਿਗੁਰੂ ਕਿਰਪਾ ਕਰੋ ਜੇ ਮੇਰੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ, ਸਤਿਗੁਰੂ ਜੀ ਕਿਰਪਾ ਕਰੋ ਜੇ ਮੇਰੀ ਅਭਾਗਨ ਦੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ, ਤੁਹਾਡੇ ਹੱਥ ਕਲਮ ਹੈ ਸਤਿਗੁਰੂ ਜੀ, ਉੱਥੇ ਵੀ ਲਿਖਣ ਵਾਲੇ ਤੁਸੀਂ, ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਮੇਰੀ ਭਾਗਣ ਕਰਕੇ ਉੱਥੇ ਨਹੀਂ ਲਿਖਿਆ ਹੁਣ ਲਿਖ ਦਿਓ। ਭਾਗਾਂ ਵਾਲੇ ਇਤਿਹਾਸ ਗਵਾਹ ਹੈ, ਜਿਸ ਬੀਬੀ ਦੇ ਕਰਮਾਂ 'ਚ ਕੋਈ ਪੁੱਤਰ ਨਹੀਂ ਸੀ ਉਸ ਬੀਬੀ ਨੇ ਸੱਤ ਸੱਤ ਪੁੱਤਰਾਂ ਨੂੰ ਗੋਦੀ ਖਡਾਇਆ। ਜਿਸ ਬੀਬੀ ਦੇ ਕਰਮਾਂ 'ਚ ਕੋਈ ਪੁੱਤਰ ਨਹੀਂ ਸੀ ਕਿੰਨੇ ਕਿੰਨੇ ਪੁੱਤਰਾਂ ਨੂੰ ਗੋਦੀ ਖਡਾਇਆ? ਬੋਲੋ ਸੱਤ ਸੱਤ ਪੁੱਤਰਾਂ ਨੂੰ। ਕਿਹਦੀ ਕਿਰਪਾ? ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ।